ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਹੋਪਲੀ ਸਾਰੇ ਠੀਕ ਠਾਕ ਹੋਵੋਗੇ ਤੁਸੀਂ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਇਸ ਵੇਲੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ, ਬਹੁਤ ਮੁਸ਼ਕਲਾਂ ਆਈਆਂ ਨੇ, ਬਹੁਤ ਪਹਿਲਾਂ ਵੀ ਆਈਆਂ ਨੇ, ਹਾਲੇ ਆਉਣੀਆਂ ਵੀ ਨੇ। ਪਰ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਬਸ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਾਰਿਆਂ ਨੇ। ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਕਰ ਰਹੀਆਂ ਨੇ। ਮੈਂ ਅੱਜ ਵੀ ਵੀਡੀਓਜ਼ ਦੇਖ ਰਿਹਾ ਸੀਗਾ, ਮਤਲਬ ਦਿਲ ਇੰਨਾ ਦੁਖਦਾ ਬੰਦੇ ਦਾ ਦੇਖ ਕੇ ਕਿ ਯਾਰ ਵੀ ਐਡੀਆਂ ਗਿਰ ਗਈਆਂ ਸਰਕਾਰਾਂ, ਇੰਨੀ ਪਾਵਰ ਦੀ ਮਤਲਬ ਅੰਨੀਆਂ ਹੋਈਆਂ ਪਈਆਂ, ਕਿੰਨੇ ਉੱਥੇ ਬੈਰੀਗੇਟ ਲਾਏ ਨੇ, ਹੁਣ ਸੜਕਾਂ ਪੁੱਟ ਕੇ ਸੀਮੈਂਟ ਪਾ ਰਹੇ ਨੇ। ਕੀ ਇੱਕ ਟੇਬਲ 'ਤੇ ਗੱਲ ਨਹੀਂ ਹੋ ਸਕਦੀ ਹੈ ਕਿ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਇੰਨੇ ਇੰਪੋਰਟੈਂਟ ਨੇ ਸਰਕਾਰਾਂ ਲਈ? ਅਤੇ ਇੱਕ ਜਿਹੜੀ ਗੱਲ ਹੋ ਰਿਹਾ 26 ਜਨਵਰੀ 'ਚ, ਜੋ ਵੀ ਹੋਇਆ, ਕਈ ਕਹਿੰਦੇ ਨੇ ਚੰਗਾ ਹੋਇਆ, ਕਈ ਕਹਿੰਦੇ ਨੇ ਮਾੜਾ ਹੋਇਆ, ਜੋ ਵੀ ਹੋਇਆ, ਉਸ ਚੀਜ਼ ਨੂੰ ਆਪਾਂ ਨੂੰ ਭੁੱਲ ਕੇ ਇੱਕ ਰਹਿਣਾ ਚਾਹੀਦਾ। ਅਤੇ ਮੈਨੂੰ ਵੀ ਬੜਾ ਦੁੱਖ ਲੱਗਾ ਉਦਣ ਜਿੱਦਣ ਜਥੇਬੰਦੀਆਂ ਵੱਲੋਂ ਵੀ 22 ਲੱਖਾਂ ਸਿਧਾਣਾ ਦੇ ਖਿਲਾਫ਼ ਨਾਅਰੇ ਲਏ ਗਏ, ਦੀਪ ਸਿੱਧੂ ਦੇ ਖਿਲਾਫ਼ ਨਾਅਰੇ ਲਾਏ ਗਏ। ਬੜਾ ਦਿਲ ਦੁਖਿਆ, ਕਿਉਂਕਿ ਆਪਾਂ ਕਿਸੇ ਵੀ ਬੰਦੇ ਨੂੰ ਜਿੰਨੀ ਵੀ ਦੇਣ ਆ ਇਸ ਅੰਦੋਲਨ ਦੇ ਵਿੱਚ, ਉਹਨੂੰ ਆਪਾਂ ਇੱਕਦਮ ਇੱਦਾਂ ਜੱਜ ਕਰਕੇ ਆਪਣੇ ਨਾਲ ਅਲੱਗ ਨਹੀਂ ਕਰਨਾ ਚਾਹੀਦਾ। ਮੈਨੂੰ ਰਵੀ ਸਿੰਘ ਖਾਲਸਾ ਏਡ ਵਾਲੇ ਦੀ ਬਹੁਤ ਵਧੀਆ ਗੱਲ ਲੱਗਦੀ ਆ, ਉਹ ਪਹਿਲਾਂ ਤੋਂ ਇਹੀ ਗੱਲ ਕਰਦੇ ਆਏ ਵੀ ਆਪਾਂ ਯੰਗਸਟਰਸ ਨੂੰ ਨਾਲ ਲੈ ਕੇ ਜਾਣਾ ਜੀ ਆਪਾਂ, ਹੈ ਨਾ। ਇਹ ਕੁਦਰਤੀ ਗੱਲ ਹੈ, ਜਦੋਂ ਆਪਾਂ ਉਹਨਾਂ ਨੂੰ ਇੱਕ ਸਾਈਡ 'ਤੇ ਕਰੋਂਗੇ, ਉਹਨਾਂ ਦਾ ਵੀ ਉਨੇ ਯੋਗਦਾਨ ਆ। ਸੋ ਮੇਰੀ ਤਾਂ ਇਹੀ ਬੇਨਤੀ ਆ ਵੀ ਆਪਾਂ ਸਾਰੇ ਇੱਕ ਦੂਸਰੇ ਨੂੰ ਸਪੋਰਟ ਕਰਨੀ ਆ, ਯੂਨਿਟੀ ਦੇ ਨਾਲ ਰਹਿਣਾ, ਏਕੇ ਦੇ ਨਾਲ ਰਹਿਣਾ। ਬਹੁਤ ਕੁਛ ਕਰਨਾ ਨੇ ਸਰਕਾਰਾਂ ਨੇ, ਹਾਲੇ ਪਿਆਸ ਦੇ ਵਿੱਚ ਵੀ ਇੱਦਾਂ ਹੁੰਦਾ ਆ, ਠੀਕ ਹੈ ਨਾ। ਕੋਈ ਵੀ ਅੰਦੋਲਨ ਫੇਲ ਕਰਨ ਲਈ, ਪ੍ਰੋਟੈਸਟ ਫੇਲ ਕਰਨ ਲਈ, ਉਹ ਆਪਣੀਆਂ ਪੋਲੀਟਿਕਸ ਨੂੰ ਨਹੀਂ ਵਰਤਣੀਆਂ, ਪਰ ਆਪਾਂ ਨੂੰ ਅਲਰਟ ਹੋਣ ਦੀ ਲੋੜ ਆ। ਸੋ ਮੈਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ, ਤੁਸੀਂ ਵੀ ਜਦੋਂ ਬੋਲਦੇ ਹੁੰਦੇ ਨਾ, ਥੋੜ੍ਹਾ ਜਿਹਾ ਤੋਲ ਲਿਆ ਕਰੋ ਪਹਿਲਾਂ। ਆਪਾਂ ਕਦੇ ਵੀ ਕਿਸੇ ਦੇ ਖਿਲਾਫ਼ ਸਟੇਜ ਦੇ ਉੱਤੇ ਨਾਅਰੇ ਲਾ ਦਿੰਦੇ ਹੋ, ਫਲਾਨਾ ਗਦਾਰ ਆ, ਫਲਾਨਾ ਗਦਾਰ, ਇੱਦਾਂ ਇਹ ਬਹੁਤ ਮਾੜੀ ਗੱਲ ਆ ਆਪਣੇ ਲਈ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਇਸ ਤਰ੍ਹਾਂ ਨਹੀਂ, ਔਰ ਸਾਨੂੰ ਸਾਰਿਆਂ ਨੂੰ ਫੁੱਲ ਸਪੋਰਟ ਕਰਨੀ ਚਾਹੀਦੀ ਆ, ਲੱਖੇ ਸਿਧਾਣੇ ਦੀ ਬਾਈ ਦੀ ਅਤੇ ਦੀਪ ਸਿੱਧੂ ਬਾਈ ਦੀ, ਉਹਨਾਂ ਦਾ ਵੀ ਬਹੁਤ ਯੋਗਦਾਨ ਹੈ ਇਸ ਦੇ ਨਾਲ ਜੁੜਿਆ ਹੋਇਆ। ਹਾਂ, ਹਰੇਕ ਬੰਦੇ ਦੀ ਗੱਲ ਕਰਨ ਦਾ ਤਰੀਕਾ ਅਲੱਗ ਹੋ ਸਕਦਾ, ਠੀਕ ਹੈ ਨਾ। ਸੋ ਆਪਾਂ ਹਮੇਸ਼ਾ ਇੱਦਾਂ ਨਾ ਲਈਏ ਵੀ ਨਹੀਂ ਉਹ ਬੰਦਾ ਤਾਂ ਗਲਤ ਆ, ਉਹ ਬੰਦਾ ਤਾਂ ਗਦਾਰ ਆ। ਮੇਨ ਚੱਕਰ ਇਹ ਆ ਵੀ ਇਸ ਅੰਦੋਲਨ ਨੂੰ ਆਪਾਂ ਕਾਮਯਾਬ ਕਰਨਾ, ਆਪਣੀਆਂ ਜਿਹੜੀਆਂ ਆਪਸ ਵਿੱਚ ਰੰਜਿਸ਼ਾਂ ਨੇ ਉਹ ਬਾਅਦ 'ਚ ਆਪਾਂ ਜਦੋਂ ਮਰਜ਼ੀ ਨਜਿੱਠ ਸਕਦੇ ਹਾਂ, ਠੀਕ ਹੈ ਨਾ। ਲੇਕਿਨ ਫਿਲਹਾਲ ਜਿਹੜਾ ਇਹ ਦੁਨੀਆ ਭਰ ਦਾ ਪੀਸਫੁੱਲ ਪ੍ਰੋਟੈਸਟ ਬਣ ਚੁੱਕਾ ਇਹ, ਭਾਵੇਂ ਸਰਕਾਰਾਂ ਨੇ 26 ਤਰੀਕ ਨੂੰ ਬਹੁਤ ਕੋਸ਼ਿਸ਼ ਕੀਤੀ ਆ ਵੀ ਇਹ ਅੰਦੋਲਨ ਖਰਾਬ ਕੀਤਾ ਜਾਵੇ, ਇਹਨੂੰ ਭੜਕਾਇਆ ਜਾਵੇ, ਪਰ ਉਹਨਾਂ ਦੀ ਉਹ ਚਾਲ ਕਾਮਯਾਬ ਨਹੀਂ ਹੋਈ, ਠੀਕ ਹੈ ਨਾ। ਹੁਣ ਵੀ ਤੁਸੀਂ ਦੇਖਦੇ ਹੋ ਜਿਹੜੇ ਆਰਮੀ ਦੇ ਵਿੱਚ ਕਿੱਦਾਂ ਵੀ ਅੱਧੇ ਲੋਕ ਬਣੀ ਫਿਰਦੇ ਨੇ, ਪੁਲਿਸ ਵਾਲਿਆਂ ਦਾ ਕੀ ਰਵੱਈਆ। ਸੋ ਇੱਥੇ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਕਿਸਾਨਾਂ ਦੀ ਪ੍ਰੋਟੈਕਸ਼ਨ ਲਈ ਪੰਜਾਬ ਪੁਲਿਸ ਨੂੰ ਉੱਥੇ ਜਾਣਾ ਚਾਹੀਦਾ, ਹੈ ਨਾ। ਆਪਣੇ ਆਪ ਉਹਨਾਂ ਨੂੰ ਜਾਣਾ ਚਾਹੀਦਾ, ਇਹਦੇ ਵਿੱਚ ਉਹਨਾਂ ਨੂੰ ਆਪਣੀਆਂ ਨੌਕਰੀਆਂ ਵੀ ਖੋਣੀਆਂ ਪੈਣ, ਕੋਈ ਗੱਲ ਨਹੀਂ। ਲੇਕਿਨ ਉਹ ਜਿਹੜੇ ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਬੱਚੇ ਉੱਥੇ ਬੈਠੇ ਨੇ, ਕੱਲ੍ਹ ਨੂੰ ਕੋਈ ਇੱਦਾਂ ਦੀ ਗੱਲ ਨਾ ਹੋ ਜਾਵੇ ਵੀ ਆਪਾਂ ਜਵਾਬ ਹੀ ਨਹੀਂ ਦੇ ਸਕਦੇ। ਹੁਣ ਤੋਂ ਤੁਹਾਨੂੰ ਪਤਾ ਲੱਗਦਾ ਵੀ ਸਰਕਾਰਾਂ ਦੀ ਨੀਤੀ ਬਿਲਕੁਲ ਸਹੀ ਨਹੀਂ, ਉਹ ਧੱਕਾ ਕਰਨਾ ਚਾਹੁੰਦੀ ਆ, ਅਤੇ ਇਸ ਕਰਕੇ ਉਹਨਾਂ ਨੇ ਜੋ ਵੀ ਆ, ਸਾਰੇ ਇੰਟਰਨੈੱਟ ਵੀ ਬੰਦ ਕੀਤੇ ਹੋਏ ਨੇ, ਪਾਣੀ ਦੀ ਸਪਲਾਈ ਵੀ ਬੰਦ ਕੀਤੀ ਹੈ, ਖਾਣੇ ਦੀ ਸਪਲਾਈ ਬੰਦ ਕਰ ਰਹੇ ਨੇ, ਠੀਕ ਹੈ ਨਾ। ਅਤੇ ਇਸ ਕਰਕੇ ਆਪਾਂ ਨੂੰ ਬਹੁਤ ਅਲਰਟ ਰਹਿਣ ਦੀ ਲੋੜ ਹੈ। ਮੇਰੀ ਨੌਜਵਾਨਾਂ ਨੂੰ ਬੇਨਤੀ ਹੈ, ਜਿੰਨੇ ਵੀ ਪੰਜਾਬ ਤੋਂ ਜਾਂ ਯੂਪੀ ਤੋਂ, ਹਰਿਆਣੇ ਤੋਂ, ਆਂਧਰਾ ਪ੍ਰਦੇਸ਼ ਤੋਂ, ਜਿੱਥੋਂ ਵੀ ਆ, ਤੁਸੀਂ ਸਾਰੇ ਉੱਥੇ ਪਹੁੰਚੋ। ਹੁਣ ਇਸ ਵੇਲੇ ਬਹੁਤ ਲੋੜ ਆ, ਬਹੁਤ ਜ਼ਰੂਰਤ ਆ, ਕਿਉਂਕਿ ਬਜ਼ੁਰਗ ਤਾਂ ਹੈਗੇ ਨੇ ਉੱਥੇ, ਲੇਕਿਨ ਆਪਾਂ ਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ। ਅਤੇ ਮੈਂ ਵੀ ਜਿੰਨੀ ਛੇਤੀ ਹੋ ਸਕਦਾ ਮੈਂ ਜ਼ਰੂਰ ਆਊਂਗਾ, ਮੇਰਾ ਇੱਥੇ ਥੋੜ੍ਹਾ ਜਿਹਾ ਡੇਟਾਂ ਦਿੱਤੀਆਂ ਹੋਈਆਂ ਸੀਗੀਆਂ, ਇਸ ਕਰਕੇ ਮੈਨੂੰ ਆਉਣਾ ਪਿਆ। ਅਤੇ ਲੇਕਿਨ ਮੈਂ ਉੱਥੇ ਰਹਿ ਕੇ ਆਇਆ, ਜਿਹੜਾ
मैं तो अपनी लाइफ के इदा का कदे एक्सपीरियंस नहीं देखा जी। इन्नी चढ़ती कला दे विच उत्थे कोई जात पात कोई धर्म की लड़ाई नहीं। हाँ सरकारां लड़ाई बना रही ने यह भी धर्म की लड़ाई, किसी धर्म की लड़ाई नहीं, सिर्फ इंसानियत की लड़ाई वो लोग लड़ रहे हैं उत्थे। तो रोज़ उत्थे बैठे ने पेंदे ने उत्थे ठंड दे विच सारा कुछ। तो सो मेरी यही एक रिक्वेस्ट है जी सारिआं नूं, वी हैव टू बी टुगैदर इन दिस। वी डोंट स्टार्ट ब्लेमिंग, oh that person's wrong, that person's wrong, we're all together in this one. Jinna bhi apna yogdan hega appa pa rahe ho apne alu, te meri aur bhi benti hai social media te jithe bhi tusi baithe ho apniya sarkaran nu bhi benti karo hai na jithe bhi tusi rehne ho duniya bhar de vich, kyunki eh bahut zarurat hai apan nu english media te chale jaun di, baki jehdiyan sarkaran ne baharle mulkan diyan unna nu bhi eh UNO तक गल पहुँचनी चाहिए है भी किन्ना धक्का हो रहा अपनी इंसानियत नाल, ह्यूमैनिटी दे नाल, एज अ जस्ट अ ह्यूमन बीइंग इट हर्ट्स बहुत दिल नूं दुख लगता। मतलब वीडियो देख के रोना आ जाता कि जी यार की हो की रहा। सो मेरी फिर एक बार बेनती है सारे जथेबंदियों नूं भी तुसीं ਬਾਈ ਲੱਖੇ ਸਿਧਾਣੇ ਦੇ ਨਾਲ ਬੈਠ ਕੇ, ਦੀਪ ਸਿੱਧੂ ਦੇ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਨਾਲ ਗੱਲ ਕਰੋ ਇੱਕ ਵਾਰੀ, ਯੂਨਿਟੀ ਦੇ ਵਿੱਚ ਫਿਰ ਆਓ। ਉਹਨਾਂ ਦਾ ਬਹੁਤ ਯੋਗਦਾਨ ਹੈ ਇਸ ਅੰਦੋਲਨ ਦੇ ਵਿੱਚ। ਅਤੇ ਲੱਖਾ ਸਿਧਾਣਾ ਤਾਂ ਬਾਈ ਪਹਿਲਾਂ ਵੀ ਜਦੋਂ ਪੰਜਾਬੀ ਬੋਲੀ ਦੀ ਗੱਲ ਚੱਲਦੀ ਸੀ ਉਹ ਆਪ ਉਦੋਂ ਤੋਂ ਨਾਲ ਜੁੜਿਆ ਹੋਇਆ, ਫਿਰ ਇਸ ਅੰਦੋਲਨ ਦੇ ਨਾਲ ਵੀ ਆ। ਸੋ ਮੇਰੀ ਬਹੁਤ ਇੱਕ ਰਿਕੁਐਸਟ ਹੈ ਜੀ ਸਾਰਿਆਂ ਨੂੰ ਵੀ ਆਪਾਂ ਕਿਸੇ 'ਤੇ ਐਵੇਂ ਬਲੇਮ ਨਾ ਕਰੀਏ, ਮੇਰਾ ਤੇਰਾ ਮੈਂ ਉਹ ਚੀਜ਼ਾਂ ਨੂੰ ਆਪਾਂ ਛੱਡ ਕੇ ਇਸ ਅੰਦੋਲਨ ਦੇ ਨਾਲ ਜੁੜੀਏ, ਤਾਂ ਕਿ ਜਿਹੜੀਆਂ ਸਰਕਾਰਾਂ ਦੀ ਨੀਤੀ ਆ ਉਹ ਫੇਲ ਹੋਵੇ। ਕਿਉਂਕਿ ਹਲ ਬਹੁਤ ਤੁਸੀਂ ਦੇਖ ਰਹੇ, ਮੈਂ ਅੱਜ ਦੇਖ ਰਿਹਾ ਸੀ ਵੀਡੀਓਜ਼, ਸੜਕਾਂ ਪੱਟੀ ਜਾ ਰਹੇ ਨੇ ਅਤੇ ਪਤਾ ਨਹੀਂ ਕੀ ਪਲੈਨ ਕਰੀ ਜਾਂਦੇ ਨੇ, ਹੈ ਨਾ। ਸੋ ਇਹਦਾ ਮਤਲਬ ਉਹਨਾਂ ਦੀ ਜਿਹੜੀ ਨੀਤੀ ਆ ਉਹ ਸਾਫ਼ ਨਹੀਂ ਹੈ, ਉਹ ਨਹੀਂ ਚਾਹੁੰਦੇ ਵੀ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇ, ਕਿਸੇ ਨਾ ਕਿਸੇ ਤਰੀਕੇ ਟੁੱਟੇ। ਸੋ ਇਟਸ ਮਾਈ ਹੰਬਲ ਰਿਕੁਐਸਟ ਟੂ ਐਵਰੀ ਵਨ ਹੂ ਹੈਵ ਇਜ਼ ਵਾਚਿੰਗ ਮੀ ਨਾਓ ਔਰ ਵਾਚਿੰਗ ਦ ਫਾਰਮਰਸ ਪ੍ਰੋਟੈਸਟ ਅਰਾਊਂਡ ਦ ਵਰਲਡ, ਪਲੀਜ਼ ਪੁੱਟ ਯੋਰ ਇਨਪੁੱਟ, ਪੁੱਟ ਸਪੋਰਟ ਦ ਫਾਰਮਰਸ ਯੂ ਨੋ ਹੂ ਬੀਨ ਸਿਟਿੰਗ ਦੇਅਰ ਓਵਰ 2 months ਐਂਡ ਸੋ ਮੈਨੀ ਹੈਵ ਪਾਸਡ ਯੂ ਨੋ ਪਾਸਡ ਅਵੇ ਡਿਊ ਟੂ ਦ ਕੰਡੀਸ਼ਨ you know, the cold weather and everything, they couldn't get the proper food and everything. So please, my humble request to everyone, use your platform, use your voice to, you know, to raise it. So sare nu meri benti hai ji, ide vich apna eh mera ni ja tera ni, eh apna sareyan da andolan hai. Halle bhi kai bande anti hage ne, main unna nu bhi request karda yaar, ਦੋ ਚਾਰ ਮੀਡੀਆ ਵਾਲੇ ਨੇ ਜਿਹੜੇ ਗਲਤ ਚੀਜ਼ਾਂ ਦਿਖਾਲਦੇ ਨੇ ਉਹਨਾਂ ਨੂੰ ਫੋਲੋ ਨਾ ਕਰੋ ਤੁਸੀਂ। ਤੁਸੀਂ ਉੱਥੇ ਇੱਕ ਜਾ ਕੇ ਗਰਾਊਂਡ ਰਿਐਲਿਟੀ ਜ਼ਰੂਰ ਦੇਖੋ। ਹਾਂਜੀ ਬਾਈ, ਮੈਂ ਪੰਜਾਬੀ ਵੀ ਬੋਲਦਾ ਲੇਕਿਨ ਮੈਂ ਮੇਰੇ ਇਹੀ ਰਿਕੁਐਸਟ ਹੁੰਦੀ ਹੈ ਵੀ ਸਾਰੇ ਅੰਡਰਸਟੈਂਡ ਕਰ ਲੈਣਗੇ ਵੀ ਇਕੱਲਾ ਇਹ ਆਪਾਂ ਪੰਜਾਬੀਆਂ ਦਾ ਅੰਦੋਲਨ ਨਹੀਂ ਹੈਗਾ। ਜਿਹਨਾਂ ਨੂੰ ਨਹੀਂ ਸਮਝ ਆਉਂਦੀ ਮੈਂ ਇੰਗਲਿਸ਼ ਬੋਲ ਕੇ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ। ਸੋ ਮੈਂ ਪੰਜਾਬੀ ਦਾ ਬੋਲਦਾ ਹੀ ਹਾਂ, ਪੰਜਾਬੀ ਤਾਂ ਹੈ ਹੀ ਸਾਡੀ ਮਦਰ ਟੰਗ। ਸੋ ਲੇਕਿਨ ਜਿਹੜੇ ਇੱਥੇ ਦੇ ਬਾਹਰ ਨਿਆਣੇ ਬੋਲਣੇ ਉਹਨਾਂ ਨੂੰ ਵੀ ਇਹੀ ਹੁੰਦਾ ਵੀ ਜਿਹੜੇ ਨੌਨ ਇੰਡੀਅਨ ਵੀ ਆ, ਗੋਰੇ ਕਾਲੇ ਚੀਨੇ, ਉਹਨਾਂ ਨੂੰ ਵੀ ਆਪਾਂ ਨਾਲ ਜੁੜੇ, ਉਹਨਾਂ ਨੂੰ ਵੀ ਪਤਾ ਲੱਗੇ ਵੀ ਵਟਸ ਹੈਪਨਿੰਗ ਦੇ ਰਾਈਟ ਨਾਓ। ਸੋ ਤਾਂ ਮੈਂ ਵਿੱਚ ਵਿੱਚ ਅੰਗਰੇਜ਼ੀ ਬੋਲਦਾ ਨਾ ਜੀ। ਬਾਕੀ ਮੇਰੀ ਇਹੀ ਅੰਬਰ ਰਿਕੁਐਸਟ ਆ ਫਿਰ ਇੱਕ ਵਾਰੀ ਸਾਰਿਆਂ ਨੂੰ, ਬੀ ਟੁਗੈਦਰ, ਡੋਂਟ ਬੀ ਨੈਗੇਟਿਵ। ਨੈਗੇਟਿਵ ਹੋਣ ਦੀ ਜ਼ਰੂਰਤ ਹੀ ਨਹੀਂ। ਹਾਂ ਅੰਦੋਲਨ ਦੇ ਵਿੱਚ ਇਹ ਕੁਦਰਤੀ ਗੱਲ ਹੈ ਵੀ ਜਦੋਂ ਵੀ ਕੋਈ ਇੱਦਾਂ ਦਾ ਕੰਮ ਹੁੰਦਾ ਉਹਦੇ ਵਿੱਚ ਰੋੜੇ ਆਉਣੇ ਨੇ, ਝੱਖੜ, ਹਨੇਰੀਆਂ, ਤੂਫਾਨ ਬਹੁਤ ਆਉਣੇ ਨੇ, ਰੋਕਣ ਦੀ ਕੋਸ਼ਿਸ਼ ਕਰਨੀ ਆ, ਲੇਕਿਨ ਕੁਦਰਤੀ ਗੱਲ ਹੈ ਸਾਡੇ ਮਾਲਕ ਨੇ ਇਹੋ ਜਿਹੀ ਸਾਨੂੰ ਸ਼ਕਤੀ ਦਿੱਤੀ ਹੋਈ ਹੈ, ਇਹੋ ਜਿਹੀ ਚੜ੍ਹਦੀ ਕਲਾ 'ਚ ਹਮੇਸ਼ਾ ਰਹਿਣ ਵਾਲੀ ਕੌਮ ਹੈ। ਸੋ ਮੈਂ ਸਾਰਿਆਂ ਨੂੰ ਕਹਿੰਦਾ ਜੀ ਉੱਥੇ ਜ਼ਰੂਰ ਜਾ ਕੇ ਪਹੁੰਚੋ, ਅਤੇ ਇਸ ਵੇਲੇ ਤੁਹਾਡੀ ਜ਼ਿਆਦਾ ਜ਼ਰੂਰਤ ਹੈ, ਠੀਕ ਹੈ ਨਾ। ਕਿਉਂਕਿ ਜਿੱਦਾਂ ਜਿੱਦਾਂ ਇਹ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਉਨਾ ਉਨਾ ਹੋਰ ਉੱਥੇ ਰਸ਼ ਪੈਣਾ ਚਾਹੀਦਾ, ਹੈ ਨਾ। ਸਾਡੇ ਸਾਰੇ ਬੰਦੇ ਉੱਥੇ ਬੈਠੇ ਨੇ। ਸੋ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਜੀ ਸਾਰਿਆਂ ਦਾ ਹੀ ਜਿਹੜੇ ਉੱਥੇ ਯੋਗਦਾਨ ਪਾ ਰਹੇ ਨੇ।
ਜਾਂ ਜਿੱਦਾਂ ਵੀ ਤੁਸੀਂ ਯੋਗਦਾਨ ਪਾ ਰਹੇ ਹੋ, ਬਾਹਰੋਂ ਬੈਠੇ ਆਪਣੇ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, ਟਵਿੱਟਰ 'ਤੇ ਦੇਖੋ, ਇੱਥੇ ਤੱਕ ਵੀ ਸਰਕਾਰਾਂ ਦੀ ਨੀਤੀ, ਉਹਨਾਂ ਨੂੰ ਪਤਾ ਬਈ ਟਰੈਕਟਰ ਜਿਹੜੇ ਟਰੈਕਟਰ ਨੂੰ ਟਵਿੱਟਰ ਉੱਤੇ ਕਾਫੀ ਮਸ਼ਹੂਰ ਹੋ ਗਿਆ, ਅਤੇ ਜਿਹੜੀ ਨਿੱਕੀ ਨਿੱਕੀ ਗੱਲ ਹੈ ਉਹ ਪਹੁੰਚਣ ਲੱਗ ਗਈ ਆ ਆਮ ਲੋਕਾਂ ਤੱਕ, ਅਤੇ ਉਹ ਵੀ ਉਹ ਬੰਦ ਕਰ ਰਹੇ ਨੇ, ਹੈ ਨਾ। ਸੋ ਇੱਦਾਂ ਦੀਆਂ ਚੀਜ਼ਾਂ ਤੋਂ ਵੀ ਆਪਾਂ ਅਲਰਟ ਰਹਿਣਾ, ਉੱਥੇ ਵੀਡੀਓ ਬਣਾ ਕੇ ਪੋਸਟ ਜ਼ਰੂਰ ਕਰਿਓ ਕਰਿਆ ਕਰੋ। ਕਈ ਵਾਰ ਉਦੋਂ ਨੈੱਟ ਨਹੀਂ ਵੀ ਚੱਲਦਾ, ਕਿਸੇ ਨੂੰ ਭੇਜ ਕੇ ਜ਼ਰੂਰ ਕਰਾਓ, ਕਿਉਂਕਿ ਬਹੁਤ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ। ਤਾਂ ਕਿ ਜਿਹੜੇ ਹਾਲੇ ਵੀ ਕਈ ਲੋਕ ਕਹਿੰਦੇ ਨੇ ਨਹੀਂ ਜੀ ਨਹੀਂ ਇਹ ਤਾਂ ਕਿਸਾਨ ਹੈ ਹੀ ਨਹੀਂ, ਇਹ ਤਾਂ ਅੱਤਵਾਦੀ ਨੇ, ਇਹ ਤਾਂ ਫਲਾਨੇ ਨੇ, ਤਾਂ ਫਲਾਨੇ ਨੇ, ਸੋ ਉਹਨਾਂ ਨੂੰ ਆਪਾਂ ਨੂੰ ਅਲਰਟ ਕਰਨ ਦੀ ਜ਼ਰੂਰਤ ਹੈ। ਅਤੇ ਬਾਕੀ ਵੀ ਜਿੰਨੇ ਇਸ ਵੇਲੇ ਲਾਈਵ ਰਹੇ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਕਰਦਾ, ਥੈਂਕ ਯੂ ਜੀ ਸਾਰਿਆਂ ਦਾ ਤੁਹਾਡਾ। ਅਤੇ ਬਸ ਉੱਥੇ ਜਾਓ ਅਤੇ ਅਰਦਾਸ ਕਰੋ ਕਿ ਮਾਲਕ ਕਿਰਪਾ ਰੱਖੇ ਅਤੇ ਅੰਦੋਲਨ ਨੂੰ ਜਿੱਤ ਕੇ ਸਾਡੇ ਬਜ਼ੁਰਗ ਮਾਤਾ ਵਾ ਭੈਣਾਂ ਬੱਚੇ ਜਲਦੀ ਜਲਦੀ ਆਪਣੇ ਘਰਾਂ 'ਚ ਜਾਣ, ਕਿਉਂਕਿ ਕਿਸੇ ਦਾ ਵੀ ਦਿਲ ਨਹੀਂ ਕਰਦਾ ਵੀ ਸੜਕਾਂ ਦੇ ਉੱਤੇ ਰਾਤਾਂ ਕੱਟਣ, ਇੱਦਾਂ ਰਹਿਣ ਉੱਥੇ ਜਾ ਕੇ। ਪਰ ਲੇਕਿਨ ਉਹ ਫਿਊਚਰ ਲਈ ਲੜਾਈ ਕਰ ਰਹੇ ਨੇ, ਇਹ ਸਾਰਿਆਂ ਨੂੰ ਫਰਕ ਪੈਣਾ ਹੈ ਜੇ ਇਹ ਕਾਲੇ ਕਾਨੂੰਨਾਂ ਵਾਪਸ ਲੈ ਗਏ। ਸੋ ਵੰਸ ਅਗੇਨ ਪੀਪਲ ਆਈ ਵਾਂਟ ਟੂ ਵਾਂਟ ਥੈਂਕ ਐਵਰੀ ਵਨ ਫਰੋਮ ਬੋਟਮ ਆਫ ਹਾਰਟ ਵੀ ਤੁਸੀਂ ਜਿੰਨੇ ਵੀ ਸਪੋਰਟ ਕਰ ਰਹੇ ਹੋ, ਅਤੇ ਇਸੇ ਤਰ੍ਹਾਂ ਕੰਮ ਸਾਰੇ ਖਿੱਚ ਕੇ ਰੱਖੋ ਜੀ। ਅਤੇ ਬਾਕੀ ਇੱਕ ਵਾਰੀ ਫੇਰ, ਹਾਂਜੀ ਇੰਟਰਨੈਟ ਦੀ ਮੈਨੂੰ ਪਤਾ ਜੀ ਕਹਿੰਦੇ ਵੀ ਬਹੁਤ ਪ੍ਰੋਬਲਮ ਆ ਰਹੀ ਹੈ, ਬਾਕੀ ਉਹ ਤਾਂ ਸਰਕਾਰ ਦੇ ਹੱਥ 'ਚ ਆ, ਉਹਨੇ ਜੋ ਜੋ ਕਰਨਾ ਹੀ ਆ, RSS ਸਾਰੇ ਜੋ ਵੀ ਨੇ ਇਹ ਗੁੰਡਾਗਰਦੀ ਕਰ ਰਹੇ ਨੇ। ਲੇਕਿਨ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਅਸੀਂ ਪਹਿਲ ਕਦੇ ਕਰਦੇ ਨਹੀਂ, ਠੀਕ ਹੈ ਨਾ, ਹਮੇਸ਼ਾ ਪੀਸਫੁੱਲ ਰਹਿੰਦੇ ਹਾਂ, ਲੇਕਿਨ ਜੇ ਸਾਡੇ ਉੱਤੇ ਕੋਈ ਕਰੂਗਾ ਹਮਲਾ ਤਾਂ ਫਿਰ ਆਪਾਂ ਚੁੱਪ ਵੀ ਨਹੀਂ ਰਹਿ ਸਕਦੇ, ਇਹ ਵੀ ਸਾਡੇ ਗੁਰੂਆਂ ਨੇ ਸਿਖਾਇਆ ਹੋਇਆ। ਸੋ ਬਸ ਮਾਲਕ ਕਿਰਪਾ ਰੱਖੇ ਜੀ, ਅਤੇ ਚੜ੍ਹਦੀ ਕਲਾ 'ਚ ਰਹੋ ਸਾਰੇ ਜਣੇ, ਅਤੇ ਬਾਕੀ ਸਾਰੇ ਬਹੁਤ ਸਪੋਰਟ ਕਰ ਰਹੇ ਨੇ, ਸਾਰੇ ਸਿੰਗਰਸ ਇੰਡਸਟਰੀ ਤੋਂ ਕੋਈ ਵੀ ਮੇਰਾ ਖਿਆਲ ਨਹੀਂ ਇੱਦਾਂ ਦਾ ਜਿਹਨੇ ਨਹੀਂ ਸਪੋਰਟ ਕੀਤੀ, ਕਰਨੀ ਵੀ ਚਾਹੀਦੀ ਆ, ਅਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆਪਣੇ ਵੱਲੋਂ। ਅਤੇ ਬਾਕੀ ਜਿੰਨੇ ਫੈਨਸ ਨੇ ਇਸ ਵੇਲੇ ਸੁਣ ਰਹੇ ਹੋ, ਮੈਂ ਤੁਹਾਨੂੰ ਹੰਬਲ ਰਿਕੁਐਸਟ ਕਰਦਾ ਵੀ ਸਾਰੇ ਜਣੇ ਜਾ ਕੇ ਆਓ ਉਸ ਮੋਰਚੇ 'ਤੇ ਜ਼ਰੂਰ, ਇਸ ਵੇਲੇ ਬਹੁਤ ਜ਼ਰੂਰਤ ਹੈ, ਕਿਉਂਕਿ ਪਾਣੀ ਵੀ ਘੱਟ ਰਹੀ ਆ, ਗੌਰਮੈਂਟ ਇੰਟਰਨੈੱਟ ਘੱਟ ਰਹੀ ਆ, ਫੂਡ ਸਪਲਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ, ਦੇਖਦੇ ਹੋ ਤੁਸੀਂ ਸੀਮੈਂਟ ਦੀਆਂ ਕੰਧਾਂ ਬਣਾ ਕੇ ਵੀ ਕੋਈ ਆ ਨਾ ਜਾਵੇ, ਕੋਈ ਇੱਧਰੋਂ ਨਾ ਆਵੇ ਨਾ ਉੱਧਰੋਂ ਜਾਵੇ। ਸੋ ਇਸ ਵੇਲੇ ਬਹੁਤ ਜ਼ਰੂਰਤ ਹੈ ਤਾਂ ਸਾਰਿਆਂ ਨੂੰ ਉੱਥੇ ਪਹੁੰਚਣ ਦੀ, ਅਤੇ ਸ਼ੁਕਰਗੁਜ਼ਾਰ ਹਾਂ। ਅਤੇ ਇੱਕ ਵਾਰੀ ਫਿਰ ਮੈਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜਦੋਂ ਤੁਸੀਂ ਸਟੇਜਾਂ ਦੇ ਉੱਤੇ ਕਿਸੇ ਦੇ ਖਿਲਾਫ਼ ਬੋਲਦੇ ਹੋ ਉਹ ਬਹੁਤ ਦਿਲ ਦੁਖਦਾ, ਆਪਾਂ ਕਿਸੇ ਦੇ ਖਿਲਾਫ਼ ਨਹੀਂ ਬੋਲਣਾ, ਠੀਕ ਹੈ ਨਾ। ਜਿਹੜਾ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਬਾਈ ਦੀ ਗੱਲ ਚੱਲ ਰਹੀ ਆ, ਉਹਨੂੰ ਬੈਠ ਕੇ ਨਜਿੱਠੋ, ਉਹਨਾਂ ਨੂੰ ਨਾਲ ਲੈ ਕੇ ਚੱਲੋ। ਮੁੰਡਿਆਂ ਨੇ ਬਹੁਤ ਹੈਲਪ ਕੀਤੀ ਆ, ਬਹੁਤ ਜ਼ਿਆਦਾ ਸਪੋਰਟ ਕੀਤੀ ਆ, ਸ਼ੁਰੂ ਤੋਂ ਹੁਣ ਵੀ ਸਪੋਰਟ ਕਰ ਰਹੇ ਨੇ, ਲੇਕਿਨ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਰੌਣਕ ਹੁੰਦੀ ਸੀ ਉਹ ਹੈ ਨਹੀਂ, ਕਿਉਂਕਿ ਉਹ ਬਹੁਤ ਅਪਸੈਟ ਨੇ। ਕੁਦਰਤੀ ਗੱਲ ਆ, ਜਦੋਂ ਕਿਸੇ ਬੰਦੇ ਨੂੰ ਗਦਾਰ ਦਾ ਖਿਤਾਬ ਦਿਓਗੇ ਨਾ ਤੁਸੀਂ, ਤਾਂ ਉਹ ਦਿਲ ਬੰਦੇ ਦਾ ਬਹੁਤ ਟੁੱਟਦਾ। ਸੋ ਮੈਂ ਤਾਂ ਜੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਕ ਦੂਸਰੇ ਦੀ ਸਪੋਰਟ ਕਰੋ, ਔਰ ਜਥੇਬੰਦੀਆਂ ਨੂੰ ਬੇਨਤੀ ਆ ਵੀ ਉਹਨਾਂ ਨੂੰ ਨਾਲ ਬਿਠਾਲ ਕੇ ਉਹਨਾਂ ਨੂੰ ਗੱਲ ਸਮਝਾਈ ਜਾਵੇ ਵੀ ਆਪਾਂ ਇੱਕ ਰਹਿਣਾ ਅਤੇ ਇੱਕ ਹੀ ਕਰਕੇ ਇਹ ਜਿਹੜੀ ਆ ਸਾਡੀ ਜਿੱਤ ਹੋਣੀ ਆ। ਸੋ ਬਸ ਇੰਨੀਆਂ ਕੁ ਮੇਰੀਆਂ ਬੇਨਤੀਆਂ ਕਬੂਲ ਕਰਿਓ ਜੀ, ਅਤੇ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਅਤੇ ਆਪਣਾ ਮੇਨ ਮਕਸਦ ਇਹੀ ਆ ਵੀ ਆਪਾਂ ਇਸ ਚੀਜ਼ ਨੂੰ, ਆਪਣੇ ਇਸ ਅੰਦੋਲਨ ਨੂੰ ਕਾਮਯਾਬ ਕਰਨਾ, ਅਤੇ ਉਹ ਬਾਕੀ ਜਿਹੜੀਆਂ ਵੀ ਕਿਸੇ ਦੀ ਮਾੜੀ ਮੋਟੀ ਗੱਲਬਾਤ ਆ ਉਹ ਆਪਾਂ ਬਾਅਦ 'ਚ ਕਰ ਲਾਂਗੇ। ਜਥੇਬੰਦੀਆਂ ਨੂੰ ਵੀ ਇੱਕ ਹੋਣ ਦੀ ਲੋੜ ਆ, ਕਿਸੇ ਦੇ ਖਿਲਾਫ਼ ਨਾ ਬੋਲੋ, ਕੋਈ ਇੱਦਾਂ ਦੀ ਗੱਲ ਨਾ ਬੋਲੋ ਕਿ ਮੀਡੀਆ ਚੱਕ ਕੇ ਫਿਰ ਉਹੀ ਦੁਆਰਾ ਦੁਆਰਾ ਵੀ ਲਓ ਜੀ ਇਹ ਤਾਂ ਆਪਸ 'ਚ ਪਲਟ ਗਏ, ਇਹੀ ਉਹ ਚਾਹੁੰਦੇ ਸੀਗੇ। ਆਪਾਂ ਆਪਸ ਵਿੱਚ ਪਲਟਣਾ ਨਹੀਂ, ਇੱਕ ਜੁੱਟ ਹੋ ਕੇ ਇਸ ਮੋਰਚੇ ਦੀ ਆਪਾਂ ਸਫਲ ਤੱਕ ਜਾਣਾ, ਅਤੇ ਮਾਲਕ ਕਿਰਪਾ ਰੱਖੂਗਾ, ਮਾਲਕ ਕਿਰਪਾ ਕਰੂਗਾ ਕਿ ਅਸੀਂ ਅੰਦੋਲਨ ਜਿੱਤ ਕੇ ਆਪਣੇ ਆਪਣੇ ਘਰ ਜਾਵਾਂਗੇ। ਇੰਨੀਆਂ ਹਾਜ਼ਰੀਆਂ ਕਬੂਲ ਕਰਨੀਆਂ ਜੀ, ਅਤੇ ਮਜਬੂਰੀ ਸੀ ਮੈਨੂੰ ਉੱਥੋਂ ਜਾਣਾ ਪਿਆ, ਇਸ ਕਰਕੇ ਥੋੜ੍ਹੀ ਉਹ ਡੇਟਾਂ ਦਿੱਤੀਆਂ ਹੋਈਆਂ ਸੀ, ਲੇਕਿਨ ਨਹੀਂ ਤਾਂ ਦਿਲ ਨਹੀਂ ਕਰਦਾ ਸੀ ਇੱਥੋਂ ਜਾਣ ਨੂੰ। ਮੈਂ ਉੱਥੇ ਜਿੰਨਾ ਚਿਰ ਵੀ ਰਿਹਾ ਉੱਥੇ ਰਿਹਾ ਜ਼ਿਆਦਾ, ਅਤੇ ਇੰਨਾ ਪਿਆਰ ਸਤਿਕਾਰ ਮੈਂ ਨਹੀਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਵੀ ਉੱਥੇ ਕੋਈ ਕਿਸੇ ਦੀ ਨਫ਼ਰਤ ਵੀ ਹੋਊਗੀ, ਇੰਨੀ ਚੜ੍ਹਦੀ ਕਲਾ 'ਚ ਸੀਗੇ ਜੀ ਸਾਰੇ। ਸੋ ਆਪਾਂ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ,
ਅਤੇ ਜਲਦੀ ਮਿਲਦੇ ਹਾਂ ਜੀ। ਅਤੇ ਤੁਸੀਂ ਸਾਰੇ ਜਣੇ ਉੱਤੇ ਹਾਜ਼ਰੀ ਜ਼ਰੂਰ ਲਵਾ ਕੇ ਆਇਓ। ਅਤੇ ਇੱਕ ਵੀ ਫਿਰ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਵੀ ਬਾਈ ਲੱਖਾ ਸਿਧਾਣਾ, ਦੀਪ ਸਿੱਧੂ, ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਅਤੇ ਉਹਨਾਂ ਨੂੰ ਨਾਲ ਜੋੜੋ। ਬਹੁਤ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ। ਅਤੇ ਆਪਾਂ ਕਿਸੇ ਦਾ ਵੀ ਦਿਲ ਦਿਖਾਉਣਾ ਨਹੀਂ, ਆਪਾਂ ਸਮੇਂ ਦਿਲ ਜੋੜਨੇ ਆ, ਦਿਲ ਇੱਕ ਦੂਸਰੇ ਦੇ ਨਾਲ ਦਿਲ ਦੀਆਂ ਗੱਲਾਂ ਕਰਕੇ ਬੈਠ ਕੇ ਬਸ ਇਸ ਅੰਦੋਲਨ ਨੂੰ ਅੱਗੇ ਕੀ ਲੈ ਕੇ ਜਾਣਾ। ਕਿਉਂਕਿ ਬਜ਼ੁਰਗਾਂ ਦੇ ਨਾਲ ਜਿਹੜਾ ਯੰਗਸਟਰਸ ਇਸ ਦੇ ਵਿੱਚ ਆਏ ਨੇ ਉਹਨਾਂ ਦਾ ਬਹੁਤ ਯੋਗਦਾਨ ਆ। ਸੋ ਮੈਂ ਯੰਗਸਟਰਸ ਨੂੰ ਵੀ ਸਲੂਟ ਕਰਦਾ ਜੀ ਆਪਣੇ ਵੱਲੋਂ। ਥੈਂਕ ਯੂ ਫੋਰ ਸਪੋਰਟਿੰਗ, ਤੁਸੀਂ ਬਹੁਤ ਵਧੀਆ ਰੋਲ ਨਿਭਾ ਰਹੇ ਹੋ ਅਤੇ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮਿਲਦੇ ਹਾਂ ਜੀ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।